ਦੇਤੇ ਬ੍ਰਾਜਮਾਨ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਸਹਿਬਾਨ ਔਰ ਮੇਰੇ ਸਾਹਮਣੇ ਬੈਠੇ ਸਾਰੇ ਹੀ ਨੇਤਾ ਬਖ ਬਖ ਪ੍ਰਾਪਰਟੀ ਨਾਲ ਸੰਬੰਧਿਤ ਰੱਖਣ ਵਾਲੇ ਸਭ ਤੋਂ ਪਹਿਲਾਂ ਫਤਿਹ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਮਦਰਦ ਜਿਹਨੂੰ ਪਿਆਰ ਨਾਲ ਸੀ ਸਾਰੇ ਭਾਜੀ ਕਹਿੰਦੇ ਆ ਅੱਜ ਤੁਹਾਨੂੰ ਇਸ ਗੱਲ ਦੀ ਮੁਬਾਰਕੀ ਜਾਂਦੀ ਹੈ ਮੁਬਾਰਕ ਦੇਣਾ ਚਾਹੁੰਨਾ ਕਿ ਜਿਵੇਂ ਕਾਮਰੇਟ ਸਾਹਿਬ ਨੇ ਕਿਹਾ ਸੀ ਕਿ ਐਮਰਜੈਂਸੀ ਨੇ ਇਕੱਠੀ ਕੀਤੀ ਸੀ اپوزیشن ਅੱਜ ਤੁਹਾਡੇ ਫੰਕਸ਼ਨ ਤੇ ਉਸੇ ਤਰ੍ਹਾਂ ਹੀ ਇਕੱਠੇ ਹੋ ਕੇ ਅੱਜ ਇੱਕ ਜਦੋਜਹਦ ਲਈ ਖੜੇ ਹੋਇਆ ਉਹਦਾ ਕਾਰਨ ਹੈ ਕਿ ਤੁਸੀਂ ਸਚਾਈ ਤੇ ਖੜੇ ਹੋ ਤੁਸੀਂ ਜ਼ਿੰਦਗੀ ਚ ਕਦੇ ਡੋਲੇ ਨਹੀਂ ਉਹਨੇ ਪਹਿਲਾਂ ਕੋਸ਼ਿਸ਼ ਕੀਤੀ ਭਗਵਾਨ ਤੁਮਾਨ ਨੇ ਕੇ ਇਸ਼ਤਿਆਰ ਬੰਦ ਕਰ ਦਿਓ ਸ਼ਾਇਦ ਇਸੇ ਗੱਲ ਤੇ ਪਿੱਛੇ हट ਜਾਏ ਤੇ ਤੁਸੀਂ ਨਹੀਂ ਹਟੇ ਤੁਸੀਂ ਕਿਉਂਕਿ ਸਚਾਈ ਤੇ ਖੜੇ ਹੋ ਤੁਸੀਂ ਕਿਸੇ ਦੇ ਖਿਲਾਫ ਲਿਖਿਆ ਹੋਊਗਾ ਕਿਸੇ ਦੇ ਹੱਕ ਜਿ ਲਿਖਿਆ ਆਊਗਾ ਸਚਾਈ ਦੇ ਮੁਤਾਬਿਕ ਡਿਗਾਉ ਲੈ ਕੇ ਅੱਜ ਕਿਉਂ ਖੜੇ ਨੇ ਤੁਹਾਡੇ ਨਾਲ ਕਿਉਂਕਿ ਤੁਹਾਡੀ ਸਚਾਈ ਤੇ ਖੜੇ ਨੇ ਤੁਸੀਂ ਹਮੇਸ਼ਾ ਸੱਚ ਦੀ ਆਵਾਜ਼ ਨੂੰ ਲੈ ਕੇ ਤੁਰਿਓ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਕਿ ਤੁਸੀਂ ਇਹ ਜਿਹੜੀ ਤੁਹਾਡੇ ਤੇ ਬਣਾਈ ਗਈ ਹੈ ਵਿਜੀਲੈਂਸ ਨੂੰ ਭੇਜਿਆ ਗਿਆ ਹੈ ਇਹ ਅੱਜ ਦੇਖਦੇ ਨਹੀਂ ਵਲਕੇ ਦੁਨੀਆ 'ਚ ਇਸ ਗੱਲ ਨੂੰ ਹਰੇਕ ਨੇ ਬੁਰਾ ਮੰਨਿਆ ਕਿਉਂ ਮੰਨਿਆ ਕਿਉਂਕਿ ਤੁਸੀਂ ਬੜੀ ਸਚਾਈ ਨਾਲ ਚੱਲੇ ਹੋ ਹਮੇਸ਼ਾ ਇੱਕ ਚੀਜ਼ ਮੈਂ ਕਹਿਣਾ ਚਾਹੂੰਗਾ ਕਿ ਤੁਸੀਂ ਕਦੇ ਡੋਲੇ ਨਹੀਂ ਜਦੋਂ ਉਹਨੂੰ ਸਮਝ ਆ ਗਈ ਕਿ ਇਸ਼ਤਿਆਰਾਂ ਨਾਲ ਨਹੀਂ ਮੈਨੂੰ ਤਾਂ ਅੱਜ ਬਾਜਵਾ ਸਾਹਿਬ ਤੋਂ ਪਤਾ ਲੱਗਿਆ ਕਿ 700 ਕਰੋੜ ਰੁਪਇਆ ਕਿਉਂ ਰੱਖਿਆ ਹੋਇਆ ਹੈ ਅਖਬਾਰਾਂ ਲਈ ਤੇ ਟੀਵੀ ਟੀਵੀਾਂ ਲਈ ਮੈਂ ਕਿਹਾ ਜੀ 700 ਕਰੋੜ ਨਹੀਂ ਹੋਣਾ 70 ਕਰੋੜ ਹੋਣਾ ਹੈ ਅੱਜ ਹੁਣ ਫੇਰ ਪਤਾ ਲੱਗਿਆ ਬਾਜਵਾ ਸਾਹਿਬ ਤੋਂ ਕਿ 700 ਕਰੋੜ ਹੀ ਹੈ ਲੇਕਿਨ ਉਹਨੂੰ ਇਹ ਸੀ ਵੀ ਸ਼ਾਇਦ ਬਾਜੂ ਵੀ ਇਸੇ ਗਲਤੀ ਡੋਲ ਜਾਣ ਇਹਨ ਤੁਸੀਂ ਕਦੇ ਵੀ ਨਹੀਂ ਇੱਕ ਵਾਰ ਇਸ ਗੱਲ ਦੀ ਸਿੱਧੂ ਸਾਹਿਬ ਦੀ ਗੱਲ ਨੂੰ ਸਹੀ ਇਸ ਕਰਕੇ ਕਹਿਣਾ ਚਾਹਣਾ ਕਿ ਤੁਸੀਂ ਕਦੇ ਕਿਸੇ ਇਲੈਕਸ਼ਨ ਵਿੱਚ ਕਿਸੇ ਤੋਂ ਪੈਸਾ ਨਹੀਂ ਲਿਆ ਆਪਣੇ ਜਿੰਨੇ ਜਰਨਲਿਸਟੇ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਪੈਸਾ ਨਹੀਂ ਲੈਣਾ ਕਦੇ ਵੀ ਤੁਸੀਂ ਕਦੇ ਪੈਕੇਜ ਨਹੀਂ ਦਿੱਤਾ ਕਿਸੇ ਨੂੰ ਤੁਸੀਂ ਕੱਲਾ ਅਖਬਾਰ ਹੋ ਮੈਂ ਵੱਡੇ ਵੱਡੇ ਅਖਬਾਰ ਅੰਗਰੇਜ਼ੀ ਦੇ ਦੇਖੇ ਆ ਉਹ ਪੈਕੇਜ ਲੈਂਦੇ ਆ ਪੈਕੇਜ ਕਰਦੇ ਹਰੇਕ ਨਾਲ ਤੇ ਕਿਰ ਇੱਥੇ ਪੰਜਾਬੀ ਹਿੰਦੀ ਦੇ ਦਾ ਕਰਦੀ ਨੇ ਲੇਕਿਨ ਮੈਂ ਤੁਹਾਨੂੰ ਇੱਕੋ ਮੇਰਾ ਖਿਆਲ ਹੈ ਕੋ ਸਖਸ਼ੀਅਤ ਹੈ ਜਿਨ੍ਹਾਂ ਨੇ ਕਦੇ ਪੈਕੇਜ ਨਹੀਂ ਲਿਆ ਮੈਂ ਇੱਕ ਚੀਜ਼ ਦਾ ਗਵਾਹ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਇਹਨਾਂ ਨੂੰ ਬਣਾਇਆ ਤੇ ਉਹਨਾਂ ਦਾ ਇੱਕ ਮਨਚ ਹੁੰਦਾ ਸੀ ਤਾਂ ਮੈਂ ਉਹਨਾਂ ਨੇ ਵਿਰਾਸਤੇ ਖਾਲਸਾ ਬਣਾਈ ਤਾਂ ਮੈਂ ਸਰਦਾਰਪੁਰ ਸਾਹਿਬਾ ਬੜਾ ਪ੍ਰੋਜੈਕਟ ਬਣਾਇਆ ਤੇ ਸਭ ਤੋਂ ਪਹਿਲਾਂ ਉਹਨਾਂ ਦੀ ਨਿਗਾਹ ਜਾਂਦੀ ਸੀ ਹਮਦਰਦ ਸਾਹਿਬ ਤੇ ਕਿ ਮੈਂ ਚਾਹੁੰਨਾ ਕਿ ਇੱਕ ਐਸਾ ਬੰਦਾ ਹੋਵੇ ਜਿਹਦੇ ਜ਼ਿੰਦਗੀ 'ਚ ਕਿਸੇ ਤੇ ਦਾਗ ਨਾ ਹੋਵੇ ਉਹਨਾਂ ਨੂੰ ਇੱਕੋ ਨਜ਼ਰ ਆਉਂਦਾ ਸੀ ਉਹ ਸੀ ਸਰਦਾਰ ਹਮਦਰਦ ਸਾਹਿਬ ਮੈਂ ਖੁਦ ਗਵਾ ਉਸ ਗੱਲ ਦਾ ਕਿ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਨਹੀਂ ਬਣਨਾ ਇਹਨਾਂ ਨੇ ਉਸ ਤੇ ਵੀ ਕੀਤੀ ਇਹਨਾਂ ਨੇ ਜਦੋਂ ਐਮਪੀ ਬਣਾਇਆ ਉਹਦੋਂ ਵੀ ਬਹੁਤ ਜ਼ੋਰ ਲਾਇਆ ਕਿ ਨਹੀਂ ਮੈਂ ਕਿਸੇ ਵੀ ਗੱਲ ਤੇ ਨਹੀਂ ਆਉਣਾ ਲੇਕਿਨ ਉਹਨਾਂ ਦੀ ਸਖ਼ੀਅਤ ਐਸੀ ਸੀ ਕਿ ਜਵਾਬ ਨਹੀਂ ਦੇ ਸਕੇ ਇਹ ਬਣੇ ਔਰਿਸ ਢੰਗ ਨਾਲ ਇਹਨਾਂ ਨੇ ਕਿਰਤਾਰਪੁਰ ਦਾ ਪ੍ਰੋਜੈਕਟ ਬਣਾਇਆ ਉਹ ਆਪਣੇ ਆਪ 'ਚ ਇੱਕ ਮਿਸਾਲ ਹੈ ਅੱਜ ਵੀ ਬੋਲ ਕੇ ਡੈਨਾ ਸਿੱਧੂ ਸਾਹਿਬ ਵੀ ਸਾਰੇ ਇਹ ਜਾਣਦੇ ਰਹੇ ਜਦੋਂ ਜਦੋਂ ਕੈਪਟਨ ਮਨਿੰਦਰ ਸਿੰਘ ਗਏ ਜਚਨੀ ਸਾਹਿਬ ਗਏ ਉਹ ਸਾਰੇ ਨਿਤਾਣਿ ਫੇਸ ਕਰਕੇ ਕੀਤੀ ਕਿਉਂਕਿ ਸਚਾਈ ਤੇ ਖੜੇ ਸੀ ਇਹਨਾਂ ਦੀ ਸਚਾਈ ਨੂੰ ਇਹਨਾਂ ਦੀ ਇਮਾਨਦਾਰੀ ਨੂੰ ਦੇਖ ਕੇ ਉਹਨਾਂ ਨੇ ਸਲਾਮ ਕੀਤਾ ਸੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜੋ ਤੁਸੀਂ ਇਹ ਕੀਤੇ ਨੇ ਰੈਜ਼ੋਲੂਸ਼ਨ ਇਹਨਾਂ ਦੀ ਮੈਂ ਆਪਣੀ ਪਾਰਟੀ ਸ਼ਲੋਮ ਨੇ ਅਕਾਲੀ ਦਾ ਸਿੰਘਤ ਵੱਲੋਂ ਔਰ ਸਾਰੇ ਸਾਥੀਆਂ ਵੱਲੋਂ ਦੀ ਪ੍ਰੋਰਤਾ ਵੀ ਕਰਦਾ ਔਰ ਮੈਂ 100% ਉਹਦੇ ਨਾਲ ਸਹਿਮਤ ਹਾਂ ਇਸ ਤੋਂ ਵੱਖਰੇ ਆ ਮੈਂ ਭਾਜੀ ਤੁਹਾਡੇ ਨਾਲ ਹਮੇਸ਼ਾ ਖੜੇ ਆ ਖੜੇ ਰਹਾਂਗੇ ਚਾਹੇ ਤੁਸੀਂ ਕੋਈ ਵੀ ਪ੍ਰੋਗਰਾਮ ਪਾਰਟੀਆਂ ਦੇਣਗੇ ਅਸੀਂ ਉਹ ਪਾਰਟੀ ਨੂੰ ਪੂਰੇ ਤਰ੍ਹਾਂ ਸਹਿਯੋਗ ਨਹੀਂ ਦੇਵਾਂਗੇ ਪੂਰੇ ਹੋ ਕੇ ਉਹਦਾ ਕੰਮ ਕਰਾਂਗੇ ਮੈਂ ਸਮਝਦਾ ਕਿ ਤੁਹਾਨੂੰ ਗੁਰੂ ਮਹਾਰਾਜ ਅੱਜ ਤੁਹਾਡੇ ਜੁਡੀਸ਼ਰੀ ਵੀ ਤੁਹਾਡੇ ਹੱਕ ਦਾ ਹੈ ਅੱਜ ਦੁਨੀਆ ਦਾ ਹਰ ਬੰਦਾ ਤੁਹਾਡੇ ਹੱਕ ਦਾ ਕਿਉਂਕਿ ਤੁਸੀਂ ਸੱਚਾਈ ਤੇ ਖੜੇ ਹੋ ਤੁਸੀਂ ਇੱਕ ਐਸੇ ਇਨਸਾਨ ਹੋ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਸ ਕਰਕੇ ਮੈਂ ਬਹੁਤਾ ਟਾਈਮ ਨਹੀਂ ਲੜਨਾ ਕਰੇ ਫੈਸਲਾ ਦੇ ਰਹੀ ਕਿ ਪਾਸਪਾਸਮੈਂਟ ਲਵਾਂਗੇ ਲੇਕਿਨ ਕਈ ਸੱਜਣ ਨੇ ਇੱਕ ਇੱਕੋ ਖੁਸ਼ੀ ਇਹ ਹੈ ਕਿ ਇੱਕ ਤਾਂ ਮੈਂ ਮਹਿਮਲੀਟਿਆ ਜੱਜ ਨੂੰ ਕਹੂੰਗਾ ਕਿ ਉਹਨਾਂ ਨੇ ਕਈ ਮੰਤਰੀਆਂ ਦੀ ਕੁਰਸੀ ਨੂੰ ਖਤਰੀ ਵਿੱਚ ਪਾਦਾ ਅਗਰ ਉਹ ਨਿਜਰ ਸਾਹਿਬ ਨੂੰ ਜਿਹੜੇ ਬਹੁਤ ਗੁਰਸਿੱਖ ਨੇ ਸਾਰਿਆਂ ਨੇ ਜਦੋਂ ਉਹਨਾਂ ਦੀ ਪ੍ਰੇਸ਼ ਕੀਤੀ ਉਹਨਾਂ ਸਦੀ ਸਿਰਫ ਇਹ ਇਸ ਕਰਕੇ ਕਿ ਉਹਨਾਂ ਨੇ ਹਮਦਰਦ ਸਾਹਿਬ ਦੇ ਜਾਂ ਜੀਤ ਦੇ ਹੱਕ 'ਚ ਬਹਿਣ ਦੇ ਤਾਂ ਇਸ ਕਰਕੇ ਉਹਨੂੰ ਹਟਾ ਦਿੱਤਾ ਗਿਆ ਅੱਜ ਜੋ ਫਿਕਰ ਮੈਨੂੰ ਕਿਹਾ ਉਹ ਕਈਆਂ ਦੀਆਂ ਕੁਰਸੀਆਂ ਨੂੰ ਖਤਰਾ ਹੋ ਗਿਆ ਤੇ ਮੈਂ ਸਮਝਦਾ ਉਹਨਾਂ ਤੋਂ ਕਈਆਂ ਨੂੰ ਛੁੱਟੀ ਕਰ ਦੂਗਾ ਪਰ ਉਹਨੂੰ ਇਹ ਨਹੀਂ ਸਮਝ ਆਉਂਦੀ ਕਿ ਇੱਕ ਦਿਨ ਤੈ ਵੀ ਚਲੇ ਜਾਣਾ ਤੇਰੇ ਵੀ ਬਸਤੀ ਗੱਲ ਨਹੀਂ ਹੈ ਅਰ ਮੈਂ ਉਹਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਕੋਈ ਪਾਰਟੀ ਦਾ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਬਦਲ ਨੂੰ ਰੋਕਾਂ ਪਾਈਆਂ ਬਦਲ ਚਾਹੁੰਦੇ ਸੀ ਲੋਕ ਪੰਜਾਬ ਦੇ ਉਹ ਜੋ ਬਦਲ ਉਹਨਾਂ ਨੇ ਉਹਨਾਂ ਨੂੰ ਜਿਤਾ ਦਿੱਤਾ ਤੇ ਲੇਕਿਨ ਇੱਕ ਸਾਲ ਦੇ ਅੰਦਰ ਅੰਦਰ ਹੀ ਪਤਾ ਲੱਗਿਆ ਤੇ ਉਹਨੂੰ ਉਸੇ ਆਪ ਦੇ ਹਲਕੇ 'ਚੋਂ ਸੰਗਰੂਰ 'ਚੋਂ ਜੀਰਾ ਸੀ ਵੀ ਉਹ ਉਸੇ ਮੈਂਬਰਾਂ ਉਸ ਨੇ ਹਲਕੇ ਨੇ ਹੀ ਉਹਨੂੰ ਬੁਰੀ ਤਰ੍ਹਾਂ ਆਇਆ ਕਿ ਅੱਜ ਤੱਕ ਕੋਈ ਸਰਕਾਰ ਨਹੀਂ ਹੈ ਜਿਹੜੀ ਸਰਕਾਰ ਇੰਨੀ ਜਲਦੀ ਹਰੀ ਹੋਵੇ ਤੇ ਉਹਨੂੰ ਫੇਰ ਨਹੀਂ ਅਕਲਾ ਰਹੀ ਫੇਰ ਉਹ ਇਹ ਜੇ ਅਖਬਾਰਾਂ ਦੇ ਉੱਪਰ ਜਿਹੜੇ ਸਚਾਈ ਨਾਲ ਖੜੇ ਹੋਣ ਉਹਨਾਂ ਤੇ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਕਰੇ ਇਸ ਤਰ੍ਹਾਂ ਬਿਜ਼ਨਸ ਨੂੰ ਭੇਜੇ ਔਰ ਉਹਨੂੰ ਆਪਣੇ ਮੂੰਹ ਦਿਖਾਣੀ ਪਊਗੀ ਬਾਜੀ ਅਸੀਂ ਤੁਹਾਡੇ ਨਾਲ ਵੇਜਾ ਖੜਿਆ ਖੜੇ ਰਹਾਂਗੇ ਕਿਉਂਕਿ ਤੁਸੀਂ ਸਚਾਈ ਨਾਲ ਖੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ